संयुक्त मोर्चे वालों 27 सितंबर को भारत बंद के दिए गए सदे को सफल बनाने लिए भारतीय किसान यूनियन एकता गुराहान वालों नाभा के बाजारों में मार्च किया गया। इस मौके पत्रकारों के साथ गलबात करते हुए भारतीय किसान यूनियन एकता गुराहान के ब्लाक प्रधान हरमेल सिंह तुंगा ने कहा कि शहर के दुकानदार व्यापारियों और हर वर्ग के लोगों को अपील करेंगे कि वह केंद्र सरकार वालों बनाए गए काले कानूनों के खिलाफ भारत बंद के सदे को सफल बनाने में सहयोग देन क्योंकि भाजपा सरकार के फैसले हर वर्ग के खिलाफ ने।27 तरीक नूं भारत बंद दी संयुक्त मोर्चे वालों जो फैसला लिया गया उस संबंध दे विच भारतीय किसान यूनियन एकता गुराहां वालों नाभे दे विच अज मोटरसाइकिल मार्च करन लगे हाँ, झंडा मार्च लैके बाजार दे विच जावांगे, लोगों को जागृत करांगे। पहला भी दुकानदार भरावान ने, रेहड़ी वाले वीर ने, तो सारे किरती लोगों ने बहुत वड्डा साथ दिता भारत बंद दे सद्दियां दे विच, पंजाब बंद दे सद्दे होण चाहे सारिआं विच बहुत वड्डा योगदान मिलिआ। पर इस सद्दे नूं भी कामयाब बनाउण वास्ते अज शहर दे विच ਕੱਲੀ ਕੱਲੀ ਦੁਕਾਨਦਾਰਾਂ ਦੇ ਅੱਗੇ ਜਾ ਕੇ ਕੱਲੀ ਕੱਲੀ ਸੜਕ ਦੇ ਉੱਤੇ ਘੁੰਮਾਂਗੇ, ਇਹੀ ਸੁਨੇਹਾ ਦੇਵਾਂਗੇ ਕਿ ਇਸ ਸੱਦੇ ਨੂੰ ਸਫਲ ਬਣਾਓ, ਕਿਉਂਕਿ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਤੇ ਇਹ ਭਾਰਤ ਬੰਦ ਦਾ ਸੱਦਾ ਜਿਹੜਾ ਉਹਨੂੰ ਸਫਲ ਬਣਾਉਣ ਵਾਸਤੇ ਅੱਜ ਮੋਟਰਸਾਈਕਲ ਮਾਰਚ, ਝੰਡਾ ਮਾਰਚ ਅਸੀਂ ਨਾਭਾ ਬਾਜ਼ਾਰ ਦੇ ਵਿੱਚ ਕੱਢਾਂਗੇ, ਜਿਹੜਾ ਕਿ 27 ਤਰੀਕ ਨੂੰ ਅਸੀਂ 6 ਥਾਵਾਂ ਤੋਂ ਸੜਕਾਂ ਵੀ ਬੰਦ ਕਰਾਂਗੇ। ਪਹਿਲਾ ਰੂਟ ਆ ਜਿਹੜਾ ਸਾਡਾ ਨਾਭੇ ਤੋਂ ਭਵਾਨੀਗੜ੍ਹ ਨੂੰ ਜਾਂਦਾ ਘਨੁੜ ਕੇ, ਇਸ ਮਤਲਬ ਜਿਹੜਾ ਸੰਘਰਸ਼ ਸਾਡਾ ਉਹਨੂੰ ਸਫਲ ਬਣਾਵਾਂਗੇ। ਇੱਕ ਨੂੰ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਕੱਠੇ ਹੋਣਾ ਕਿ ਪਹਿਲਾ ਰਿਕਾਰਡ ਤੋੜ ਇਕੱਠ ਹੋਊਗਾ ਉਸ ਗਿਣਤੀ ਉੱਥੇ ਮੰਡੀ ਦੇ ਵਿੱਚ। ਸਾਨੂੰ ਹੋ ਸਕਦਾ ਕਿ ਬਰਨਾਲੇ ਦੀ ਦਾਣਾ ਮੰਡੀ ਇਸ ਇਕੱਠ ਨੂੰ ਦੇਖਦੇ ਹੋਇਆਂ ਸੋਢੀ ਰਹਿ ਸਕਦੀ ਆ, ਕਿਉਂਕਿ ਲੋਕ ਹੁੰਮਾ ਕੇ ਪਿਛਲੇ ਸਾਲ ਵੀ ਪੁੱਜੇ ਨੇ, ਐਤਕੀ ਤੋਂ ਵੱਡੀ ਗਿਣਤੀ ਵੀ ਜਾਵਾਂਗੇ। ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਲੋਕ ਨੇ ਜਿਹੜੇ ਹੜ੍ਹ ਵਾਂਗ ਇਕੱਠੇ ਹੋ ਕੇ ਤੁਹਾਡੇ ਕਾਲੇ ਕਾਨੂੰਨਾਂ ਦੇ ਬਰਖਿਲਾਫ ਹੋ ਗਏ, ਭਗਤ ਸਿੰਘ ਦੇ ਪਾਏ ਹੋਏ ਪੂਰਨਿਆਂ 'ਤੇ ਉਹਨਾਂ ਦੀਆਂ ਸੋਚਾਂ ਦੇ ਉੱਪਰ ਅਸੀਂ ਪਹਿਰਾ ਦੇਵਾਂਗੇ। ਉਸ ਸੰਬੰਧ ਦੇ ਵਿੱਚ ਅਸੀਂ ਬਰਨਾਲੇ ਦੀ ਦਾਣਾ ਮੰਡੀ ਵਿੱਚ ਭਗਤ ਸਿੰਘ ਦਾ ਜਿਹੜਾ 28 ਤਰੀਕ ਨੂੰ ਜਨਮ ਦਿਹਾੜਾ ਮਨਾਵਾਂਗੇ। ਕੀ ਕਹਿਣਾ ਉਸ ਬਾਰੇ? ਜਿਹੜੀ 27 ਤਰੀਕ ਨੂੰ ਪੂਰਾ ਭਾਰਤ ਬੰਦ ਕਰਨਾ ਸੰਯੁਕਤ ਮੋਰਚੇ ਵੱਲੋਂ ਜੋ ਵੀ ਸਾਨੂੰ ਪ੍ਰੋਗਰਾਮ ਆਉਂਦੇ ਆ ਉਹਦੇ 'ਤੇ ਅਸੀਂ ਫੁੱਲ ਚੜ੍ਹਾਉਂਦੇ ਹਾਂ, ਕਿਉਂਕਿ ਜਿਹੜਾ 27 ਤਰੀਕ ਨੂੰ ਪੂਰਾ ਭਾਰਤ ਬੰਦ ਕਰਿਆ ਇਕੱਲੀ ਰੋਡ ਬੰਦ ਕਰਾਂਗੇ। ਨਾਭੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਵੱਲੋਂ 6 ਜਗ੍ਹਾ ਤੋਂ ਰੋਡ ਜਾਮ ਕੀਤੇ ਜਾਣਗੇ, ਕਿਉਂਕਿ ਮੋਦੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਤੇ ਭੁਲੇਖੇ 'ਚ ਹੋਵੇ ਕਿ ਵੀ ਅਸੀਂ ਹਲੇ ਦਿੱਲੀ ਘੱਟ ਹਾਂ, ਇਸ ਕਰਕੇ ਜਿਹੜੇ ਹੁਣ ਸੰਯੁਕਤ ਮੋਰਚੇ ਵੱਲੋਂ ਸਾਨੂੰ ਬੰਦ ਦੀ ਕਾਲ ਆਈ ਹੈ ਭਾਰਤ ਬੰਦ ਦੀ, ਉਹ ਪੂਰਾ ਹੀ ਕਾਮਯਾਬ ਕਰਾਂਗੇ। ਪੂਰੀ ਵੱਡੀ ਪੱਧਰ 'ਤੇ ਅਸੀਂ ਰੋਡ ਰੋਕ ਕੇ ਪੂਰਾ ਭਾਰਤ ਬੰਦ ਦਾ ਸਮਰਥਨ ਦੇਵਾਂਗੇ ਜੀ। ਟਾਈਮ ਕੀ ਹੈ? ਸੰਯੁਕਤ ਮੋਰਚੇ ਵੱਲੋਂ ਟਾਈਮਿੰਗ ਇਹਦਾ 6 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਆ, ਅਸੀਂ ਪੂਰਾ ਸਮਾਂ ਜਿਹੜਾ 6 ਤੋਂ 4 ਵਜੇ ਤੱਕ ਆ ਉਹਦੇ ਉੱਤੇ ਪੂਰਾ ਪਹਿਰਾ ਦੇਵਾਂਗੇ, ਡਟ ਕੇ ਪਹਿਰਾ ਦੇਵਾਂਗੇ। ਆਵਾਜ਼ੀ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।